ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਕੈਬਨਿਟ ਮੰਤਰੀਆਂ ਦੀ ਘੋਸ਼ਣਾ ਤੋਂ ਬਾਅਦ ਅੱਜ ਪੰਜਾਬ ਕਾਂਗਰਸ ਵਿੱਚ ਬਗਾਵਤੀ ਸੁਰ ਉੱਠਣੇ ਸ਼ੁਰੂ ਹੋ ਗਏ ਨੇ। ਸਭ ਤੋਂ ਪਹਿਲਾਂ ਹੁਸ਼ਿਆਰਪੁਰ ਦੇ ਵਿਧਾਨ ਸਭਾ ਹਲਕਾ ਟਾਂਡਾ ਤੋਂ ਵਿਧਾਇਕ ਦੇ ਦੁਆਬੇ ਦੇ ਸਭ ਤੋਂ ਸੀਨੀਅਰ ਨੇਤਾ ਸੰਗਤ ਸਿੰਘ ਗਿਲਜੀਆ ਨੇ ਆਪਣਾ ਰੋਸ ਜਤਾਉਂਦੇ ਹੋਏ ਪੰਜਾਬ ਕਾਂਗਰਸ ਦੇ ਸਾਰੇ ਪਦਾਂ ਵੱਲੋਂ ਅਸਤੀਫਾ ਦੇ ਦਿੱਤੇ ਨੇ। ਮੰਤਰੀ ਮੰਡਲ ਦੇ ਵਿਸਥਾਰ ਤੋਂ ਬਾਅਦ ਨਾਰਾਜ਼ ਹੁਸ਼ਿਆਰਪੁਰ ਦੇ ਵਿਧਾਨ ਸਭਾ ਹਲਕੇ ਟਾਂਡਾ ਦੇ ਵਿਧਾਇਕ ਸੰਗਤ ਸਿੰਘ ਗਿਲਜੀਆ ਨੇ ਦੱਸਿਆ ਕਿ ਪੰਜਾਬ ਕੈਬਨਿਟ ਵਿੱਚ ਕਿਸੇ ਵੀ ਬੀਸੀ ਵਰਗ ਦੀ ਸ਼੍ਰੇਣੀ ਦੇ ਵਿਧਾਇਕਾਂ ਨੂੰ ਕੈਬਨਿਟ ਮੰਤਰੀ ਦਾ ਪਦ ਨਹੀਂ ਦਿੱਤਾ ਗਿਆ। ਉਹਨਾਂ ਨੇ ਕਾਂਗਰਸ ਹਾਈਕਮਾਨ ਤੇ ਪੰਜਾਬ ਦੇ ਮੁੱਖ ਮੰਤਰੀ ਉੱਤੇ ਪਛੜੀ ਸ਼੍ਰੇਣੀਆਂ ਨੂੰ ਅਣਡਿੱਠਾ ਕਰਨ ਦਾ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਉਹ ਕਾਂਗਰਸ ਪਾਰਟੀ ਵਿੱਚ ਕਾਰਜ ਕਰਦੇ ਹੋਏ ਜ਼ਮੀਨੀ ਪੱਧਰ ਤੋਂ ਉੱਠ ਕੇ ਇੱਥੇ ਪੁੱਜੇ ਨੇ। ਉਹਨਾਂ ਨੇ ਇਲਜ਼ਾਮ ਲਗਾਇਆ ਕਿ ਇੱਕ ਦਿਨ ਪਹਿਲਾਂ ਤੱਕ ਉਹਨਾਂ ਦਾ ਨਾਮ ਮੰਤਰੀ ਪਦ ਲਈ ਸਾਹਮਣੇ ਆ ਰਿਹਾ ਸੀ। ਉਹ ਪਛੜੀ ਸ਼੍ਰੇਣੀ ਜਾਤੀ ਤੋਂ ਸੰਬੰਧ ਹੋਣ ਦੇ ਚੱਲਦੇ ਇਸ ਵਾਰ ਕੈਬਨਿਟ ਮੰਤਰੀ ਪਦ ਦੇ ਹੱਕਦਾਰ ਵੀ ਸਨ, ਲੇਕਿਨ ਮੰਤਰੀ ਨਾ ਬਣਾਉਣ ਤੋਂ ਬਾਅਦ ਉਹਨਾਂ ਨੇ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ। ਡਿਸਟ੍ਰਿਕਟ ਹੁਸ਼ਿਆਰਪੁਰ ਦਾ ਦੁਆਬੇ ਦਾ ਸਭ ਤੋਂ ਸੀਨੀਅਰ MLA ਆ, ਭਾਵੇਂ ਜਨਰਲ ਕੈਟਾਗਰੀ ਹੋਵੇ ਅਤੇ ਭਾਵੇਂ ਉਹ BC ਕੈਟਾਗਰੀ ਹੋਵੇ, ਪੰਜਾਬ ਦੇ BC ਕੈਟਾਗਰੀ ਦੇ ਵਿੱਚ ਮੈਂ ਸਭ ਤੋਂ ਸੀਨੀਅਰ ਹਾਂ। ਜਦੋਂ ਅੱਜ ਵਜ਼ਾਰਤ ਦੇ ਵਿੱਚ ਵਾਅਦੇ ਦੀ ਵਾਰੀ ਆਈ, ਸਭ ਤੋਂ ਨਾਮ ਮੇਰਾ ਉੱਪਰ ਚੱਲ ਰਿਹਾ ਸੀ ਅਤੇ ਜਦੋਂ ਅੱਜ ਸ਼ਾਮ ਦੀ ਗੱਲ ਹੈ ਕਿ ਜਦੋਂ ਇਹ ਚੇਂਜਿੰਗ ਹੋਣ ਲੱਗੀ, ਮੈਨੂੰ ਨਹੀਂ ਪਤਾ ਕੀ ਹੋਇਆ, ਅਤੇ ਪੰਜਾਬ ਦੇ ਵਿੱਚ BC ਵਰਗ ਪਛੜੀਆਂ ਸ਼੍ਰੇਣੀਆਂ ਜਿਹਨੂੰ ਕਹਿੰਦੇ ਆ, ਪੂਰੇ ਪੰਜਾਬ ਦੇ ਵਿੱਚ ਮੈਨੂੰ ਕੀ ਸੀਟ ਦੇਣੀ ਸੀ, ਮੈਨੂੰ ਵਿਸਤਾਰ 'ਚ ਕੀ ਲਿਆਉਣਾ ਸੀ, ਮੈਥੋਂ ਯੂਨੀਅਨ ਵੀ ਲਿਆਉਂਦਾ। ਪੰਜਾਬ ਦੇ ਵਿੱਚ 10 MLA ਨੇ ਜਿਹੜੇ ਪਛੜੀਆਂ ਸ਼੍ਰੇਣੀਆਂ ਦੇ ਨੇ, ਅਤੇ ਪਛੜੀਆਂ ਸ਼੍ਰੇਣੀਆਂ ਦੇ ਵਿੱਚ ਕਿਸੇ ਵੀ MLA ਨੂੰ ਪੰਜਾਬ ਕੈਬਨਿਟ ਦੇ ਵਿੱਚ ਜਗ੍ਹਾ ਨਹੀਂ ਦਿੱਤੀ ਗਈ। ਇਸ ਲਈ ਮੈਂ ਆਪਣੇ ਹਲਕੇ ਦੇ ਜਿੰਨੇ ਮੇਰੇ ਕਾਰਜੋ ਮੇਰੇ ਸਾਥੀ ਨੇ, ਚਾਹੇ ਉਹ ਜਿੰਨੀਆਂ ਇਲੈਕਸ਼ਨਾਂ ਮੈਂ ਲੜੀਆਂ ਨੇ MLA ਦੀਆਂ, ਐਡੇ ਵੱਡੇ ਮਾਰਜਨ ਨਾਲ ਮੈਂ ਜਿੱਤਦਾ ਰਿਹਾ। ਇਹ ਜਿਹੜੀ ਐਡੀ ਵੱਡੀ ਇਲੈਕਸ਼ਨ ਸੀ 2017 ਦੀ, ਜਿਹਦੇ ਵਿੱਚ ਮੈਂ ਅਕਾਲੀ ਦਲ ਨੂੰ 15,000 ਵੋਟ 'ਤੇ ਅਤੇ ਜਿਹੜੇ ਝਾੜੂ ਵਾਲੇ ਨਵੇਂ ਉੱਠੇ ਸੀ ਉਹਨਾਂ ਨੂੰ ਮੈਂ 20,000 ਵੋਟ 'ਤੇ ਹਰਾਇਆ, ਅਤੇ ਜਦੋਂ ਹੁਣ ਮੇਰੀ ਵਾਰੀ ਆਈ, ਕੱਲ੍ਹ ਤੱਕ ਮੇਰੀ ਵਾਰ ਨਾਮ ਠੀਕ ਸੀ ਅਤੇ ਅੱਜ ਮੇਰਾ ਨਾਂ ਕੱਟਿਆ ਗਿਆ। ਮੇਰੇ ਮਨ ਨੂੰ ਬਹੁਤ ਵੱਡਾ ਦੁੱਖ ਹੋਇਆ, ਪੰਜਾਬ ਦੇ ਪਛੜੀਆਂ ਸ਼੍ਰੇਣੀਆਂ ਦੇ ਲੋਕਾਂ ਨੂੰ ਬਹੁਤ ਵੱਡਾ ਦੁੱਖ ਹੋਇਆ ਕਿ ਪਛੜੀਆਂ ਸ਼੍ਰੇਣੀਆਂ ਦੇ ਵਿੱਚੋਂ ਨਾ ਕਿਸੇ ਸੀਨੀਅਰ ਨੂੰ ਅਤੇ ਨਾ ਕਿਸੇ ਜੂਨੀਅਰ ਨੂੰ ਨੁਮਾਇੰਦਗੀ ਮਿਲੀ। ਇਸ ਲਈ ਮੈਂ ਆਪਣੇ ਹਲਕੇ ਦੇ ਲੋਕਾਂ ਨੂੰ ਵੇਖਦੇ ਹੋਏ, ਮੇਰੇ ਹਲਕੇ ਦੇ ਵਿੱਚ ਐਡਾ ਵੱਡਾ ਵਿਦਰੋਹ ਹੋਇਆ ਕਿ ਗਿਲਜੀਆ ਸਾਹਿਬ ਨੂੰ ਕਿਤੇ ਐਡਜਸਟ ਨਹੀਂ ਕੀਤਾ ਗਿਆ, ਪਛੜੀਆਂ ਸ਼੍ਰੇਣੀਆਂ ਨੂੰ ਕਿਤੇ ਐਡਜਸਟ ਨਹੀਂ ਕੀਤਾ ਗਿਆ। ਇਸ ਲਈ ਮੈਂ ਆਪਣੇ ਵਿਦਰੋਹ ਦੇ ਵਿੱਚ ਅੱਜ ਮੈਂ ਆਪਣੇ ਲੋਕਾਂ ਦੀ ਪਛਾਣ ਕਰਦਾ ਹੋਇਆ ਅਸਤੀਫਾ ਦੇ ਰਿਹਾ। ਹੁਸ਼ਿਆਰਪੁਰ ਤੋਂ ਨਵੇਂ ਬਣੇ ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ ਵੱਲੋਂ ਜਦੋਂ ਵਿਧਾਇਕ ਟਾਂਡਾ ਸੰਗਤ ਸਿੰਘ ਗਿਲਜੀਆਂ ਦੀ ਨਾਰਾਜ਼ਗੀ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਉਹਨਾਂ ਦੀ ਨਾਰਾਜ਼ਗੀ ਬਾਰੇ ਕੁਝ ਨਹੀਂ ਪਤਾ। ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਸ਼੍ਰੀ ਰਾਹੁਲ ਗਾਂਧੀ ਜੀ ਦਾ, ਕੈਪਟਨ ਅਮਰਿੰਦਰ ਸਿੰਘ ਜੀ ਦਾ, ਆਸ਼ਾ ਕੁਮਾਰੀ ਜੀ ਦਾ, ਮੈਡਮ ਅੰਬਿਕਾ ਸੋਨੀ ਜੀ ਦਾ, ਸੁਨੀਲ ਜਾਖੜ ਜੀ ਦਾ ਅਤੇ ਹਰੀਸ਼ ਚੌਧਰੀ ਜੀ ਦਾ, ਜਿਨ੍ਹਾਂ ਨੇ ਮੇਰੇ 'ਤੇ ਵਿਸ਼ਵਾਸ ਕੀਤਾ, ਇੱਕ ਬਹੁਤ ਵੱਡੀ ਜ਼ਿੰਮੇਵਾਰੀ ਮੈਨੂੰ ਦਿੱਤੀ। ਅਤੇ ਮੈਂ ਸਮਾਜ ਸੇਵਾ ਤੋਂ ਰਾਜਨੀਤੀ ਦੇ ਵਿੱਚ ਆਇਆ ਸੀ ਅਤੇ ਮੇਰੇ ਕੰਮ 'ਚ ਕੋਈ ਮੈਨੂੰ ਲੱਗਦਾ ਕੋਈ ਮੁਸ਼ਕਲ ਨਹੀਂ ਆਏਗੀ। ਬਹੁਤ ਵੱਡੀ ਜ਼ਿੰਮੇਵਾਰੀ ਹੈ ਔਰ ਇਹਨੂੰ ਮੈਂ ਬਖੂਬੀ ਨਿਭਾਊਂਗਾ, ਮਿਹਨਤ ਕਰਾਂਗੇ, ਹੁਸ਼ਿਆਰਪੁਰ ਨੂੰ ਤਰੱਕੀ ਦੀ ਰਫ਼ਤਾਰ 'ਤੇ ਲੈ ਕੇ ਜਾਵਾਂਗਾ। ਇਹ ਨਹੀਂ ਗੱਲ ਹੈ, ਬਹੁਤ SC ਬਣੇ ਆ, ਕੋਈ ਜਨਰਲ ਬਣੇ ਆ, ਕੋਈ ਜੱਟ ਬਣੇ ਆ, ਸਾਰੇ ਬਣੇ ਆ, ਐਸੀ ਕੋਈ ਗੱਲ ਨਹੀਂ ਹੈ। ਉਹ ਸ਼੍ਰੀ ਰਾਹੁਲ ਗਾਂਧੀ ਜੀ ਨੇ ਜੋ ਫੈਸਲਾ ਕੀਤਾ ਉਹਨਾਂ ਨੇ ਸਮਝ ਸੋਚ ਕੇ ਕੀਤਾ। ਤੁਹਾਨੂੰ ਪਤਾ ਕੱਲ੍ਹ ਵੀ ਮੀਟਿੰਗ ਹੋਈ, ਅੱਜ ਵੀ ਮੀਟਿੰਗ। ਮੈਂ ਇਹਦੇ ਬਾਰੇ ਕੋਈ ਕਮੈਂਟਸ ਨਹੀਂ ਕਰਨਾ ਚਾਹੁੰਦਾ ਕਿਉਂਕਿ ਮੇਰੀ ਉਹਨਾਂ ਨਾਲ ਗੱਲ ਹੋਏਗੀ ਤਾਂ ਮੈਂ ਉਹਨਾਂ ਨੂੰ ਪੁੱਛਾਂਗਾ। ਮੈਂ ਬਾਕੀ ਤਾਂ ਸਾਰੇ MLA ਇੱਥੋਂ ਹੋ ਕੇ ਗਏ, ਤੁਸੀਂ ਦੇਖੇ, ਮੈਨੂੰ ਉਹਨੇ ਬਾਰੇ ਪਤਾ ਨਹੀਂ। ਆਪ ਜੀ ਦੇਖ ਰਹੇ ਹੋ ਪਟਿਆਲਾ TV ਜੋੜੇ ਆਪ ਜੀ ਨੂੰ ਸੋਹਣੇ ਪੰਜਾਬ ਅਤੇ ਦੇਸ਼ ਨਾਲ, ਹਮੇਸ਼ਾ ਦੇਖਦੇ ਰਹੋ ਪਟਿਆਲਾ TV।